ਹਾਂਜੀ ਸਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਜਾਨਵਰ ਫੱਟਾ ਸਾਰਿਆਂ ਦੇ ਅੱਜ ਦੀ ਵੀਡੀਓ ਬਾਬੇ ਉਹ ਬਾਲੀ ਕੈਂਟ ਹੋਣ ਵਾਲੀ ਹੈ ਕਿਉਂਕਿ ਵੀਰੇ ਅੱਜ ਚਲਾਵਾਂਗੇ ਆਪਾਂ ਬੱਚੇ ਦੀ ਹੈਂਡ ਟ੍ਰੇਨਿੰਗ ਆਪਣੇ ਬਾਜ ਦੀ ਤੇ ਜਿਹੜਾ ਉਡਾਨਾ ਉਹਦੀ ਚਲਾਵਾਂਗੇ ਦੋ ਤਿੰਨ ਦਿਨਾਂ ਬਾਅਦ ਪਰ ਬਾਜ ਦੀ ਟ੍ਰੇਨਿੰਗ ਅੱਜ ਹੀ ਚੱਲੂ ਇੱਧਰ ਮਿੱਤਰੋ ਹਾਰਾ ਇੱਧਰ ਕੱਢ ਰੱਖਿਆ ਤੇ ਇਹਦੇ ਵਿੱਚ ਤਾਂ ਰੱਖਿਆ ਵੀਰੇ ਤੌੜੀ ਵਾਲਾ ਦੁੱਧ ਦੇਖੋ ਬਈ ਆਹ ਵੀਰੇ ਤੌੜੀ ਵਾਲਾ ਦੁੱਧ ਤਾ ਜਿਹੜੇ ਬੰਦੇ ਪੀਂਦੇ ਰਹੇ ਨੇ ਉਹਨਾਂ ਨੂੰ ਇਹਦਾ ਫਵਾਦ ਪਤਾਗਾ ਬਾਕੀ ਬਈ ਇਧਰ ਕੀਰਤ ਹੋਰਾਂ ਨੇ ਲਾਰਖਿਆ ਜਾਲ ਟੋਕਰਾ ਲਾ ਕੇ ਤਾਂ ਇਹ ਫੜਦੇ ਫਿਰਦੇ ਨੇ ਮੁਰਗਿਆਂ ਨੂੰ ਚਿੜੀਆਂ ਨੂੰ ਜਿਹੜਾ ਵੀ ਕੁਛ ਆਉਂਦਾ ਇਹਦੇ ਵਿੱਚ ਤੇ ਉੱਥੇ ਬਹਿ ਜਾਂਦੇ ਨੇ ਆ ਰਫੀ ਇਧਰ ਦੀ ਆਏ ਪਾਰਖੀਆ ਕੀਰਤ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਇਹ ਫੜਦੇ ਹੁੰਦੇ ਸੀਗੇ ਚਿੜੀਆਂ ਨੂੰ ਕਬੂਤਰਾਂ ਨੂੰ ਵੇੜੇ ਦੇ ਵਿੱਚ ਲਾ ਕੇ ਟੋਕਰਾ ਹਾਂ ਮਿੱਤਰੋ ਇਧਰ ਲਿਆ ਰਖਿਆ ਵੀਰੇ ਨਿੱਗਾ ਪਾਣੀ ਦੋਨੇ ਕੌਲਿਆਂ ਦੇ ਵਿੱਚ ਤਾਂ ਵੀਰੇ ਜਿਹੜਾ ਵੱਡਾ ਫੀਡਰ ਆ ਇਹ ਰੱਖਾਂਗੇ ਆਪਾਂ ਸੁਲਤਾਨ ਨੂੰ ਥੱਲੇ ਸੁਲਤਾਨ ਦਾ ਖੋਲ ਗੇਟ ਇਹਨੂੰ ਰੱਖਦੇ ਆ ਆਪਾਂ ਹਾਂ ਵੀ ਸੁਲਤਾਨ ਦੇਖੋ ਵੀਰੇ ਬੱਲਬ ਦੇ ਥੱਲੇ ਖੜਾਗਾ ਇਹਨੂੰ ਇੱਥੇ ਨਿੱਗ ਮਿਲਦੀ ਆ ਤਾਂ ਕਰਕੇ ਬਾਕੀ ਇਹਦਾ ਫੀਡਰ ਆਪਾਂ ਇੱਥੇ ਰੱਖ ਦਿੰਨੇ ਆ ਤੇ ਮੁਰਗਾ ਬਈ ਆਪਣਾ ਠੀਕ ਹੋ ਜੂ ਅੱਜ ਇਹਨੂੰ ਇੱਕ ਨਵੀਂ ਗੋਲੀ ਹੋਰ ਦੇਵਾਂਗੇ ਤੇ ਇੱਧਰ ਪਿਆਦਾ ਪਾਣੀ ਨਿੱਗਾ ਨਿੱਗਾ ਲਿਆ ਬਈ ਆ ਨਿੱਗਾ ਨਿੱਗਾ ਇਹਨੂੰ ਪਾਣੀ ਰੱਖ ਦਿੰਨੇ ਆ ਇੱਥੇ ਲਓ ਜੀ ਸੁਲਤਾਨ ਦਾ ਕੰਮ ਓਕੇ ਹੋ ਗਿਆ ਆ ਜਾ ਬਈ ਪੀ ਲੈ ਤਾਇਆ ਤਾਇਆ ਪਾਣੀ ਆ ਵੀਰੇ ਗਰਮ ਪਾਣੀ ਦੇ ਵਿੱਚ ਠੰਡਾ ਪਾਣੀ ਮਿਕਸ ਕਰਕੇ ਕੋਸਾ ਜਾ ਕਰਿਆ ਹੋਇਆਗਾ ਤਾਂ ਇਹ ਇਹਦੇ ਵਾਸਤੇ ਬੈਸਟ ਆ ਬਾਕੀ ਵੀਰੇ ਇਧਰ ਆਪਣੀ ਸੁਲਤਾਨ ਹੋਰਾਂ ਦੀ ਮਾਂ ਸੇਵ ਵਾਲੀ ਮੁਰਗੀ ਇਹਨੂੰ ਵੀ ਦਾਣਾ ਪਾਣੀ ਆਪਾਂ ਰੱਖ ਦਿੰਨੇ ਆ ਇਧਰ ਪਏ ਨੇ ਵੀਰੇ ਇਹਦੇ ਦਾਣੇ ਆ ਰੱਖ ਦਿੰਨੇ ਆ ਲੈ ਕੀਰ ਤੇ ਪਾਣੀ ਲਿਆ ਚੱਕ ਕੇ ਲੈ ਵੀ ਤੇਰੇ ਦਾਣੇ ਚੱਕ ਉਹਨੇ ਖਾਲੀ ਬੈਠੀ ਹੋ ਕੇ ਤੇ ਇਧਰ ਆ ਗਿਆ ਤੇਰਾ ਪਾਣੀ ਆ ਲੈ ਆ ਪੀ ਲਈ ਪਾਣੀ ਤਾਂ ਵੀਰੇ ਐਦਾ ਕੰਮ ਓਕੇ ਆ ਮੈਂ ਖੋਡੇ ਦੇ ਅੰਦਰ ਹੱਥ ਪਾ ਕੇ ਦੇਖਿਆ ਵੀਰੇ ਬਹੁਤ ਗਰਮੈਸ਼ ਆ ਹਨਾ ਪੂਰਾ ਗਰਮਾ ਖੋਡਾ ਕੋਈ ਠੰਡਾ ਵਾਲਾ ਚਾਂਸ ਨਹੀਂ ਹੈਗਾ ਲੋ ਬਈ ਇਹਦਾ ਕੰਮ ਡਨ ਹੋ ਗਿਆ ਦੋਨਾਂ ਦਾ ਆਜੋ ਆਪਾਂ ਅੱਗੇ ਚੱਲਦੇ ਆ ਤੇ ਮਿੱਤਰੋ ਇਧਰ ਬਈ ਆਪਣੀ ਠੀਕਰ ਮੁਰਗੀ ਹਨਾ ਜਿਹੜੀ ਇਹ ਚਿੱਟੀ ਮੁਰਗੀ ਹੈ ਨੂਰੀ ਇਹ ਵੀ ਆਂਡੇ ਦੇਣ ਲੱਗੀ ਤੇ ਜਿਹੜੀ ਇੱਕ ਕਾਲੀ ਮੁਰਗੀ ਆ ਇੱਕ ਨੇ ਤਾਂ ਸੇਵਾ ਮੰਗੀ ਹੋਈ ਆ ਇੱਕ ਜਿਹੜੀ ਦੂਜੀ ਕਾਲੀ ਮੁਰਗੀ ਆ ਉਹ ਵੀ ਆਂਡੇ ਦੇਣ ਲੱਗੀ ਇੱਕ ਆ ਚਿੱਟੀ ਤੇ ਕਿਹੜੀ ਆ ਅੰਦਰ ਫਿਰਦੀ ਆ ਆ ਕਾਲੀ ਆ ਦੋਨੇ ਮੁਰਗੀਆਂ ਆਂਡੇ ਦੇਣ ਲੱਗੀਆਂ ਤੇ ਇਹ ਵੀ 10-12 ਆਂਡੇ ਦੇ ਕੇ ਫਿਰ ਸੇਵਾ ਮੰਗ ਲੈਣਗੀਆਂ ਤੇ ਮਿੱਤਰੋ ਜਿਹੜੀ ਆਪਣੀ ਆ ਆਰ ਆਈ ਆਰ ਮੁਰਗੀਆ ਹਨਾ ਆ ਲਾਲ ਜੀ ਇਹ ਬਈ ਹਨਾ 3-4 ਦਿਨਾਂ ਤੋਂ ਠੀਕਰ ਮੁਰਗੀ ਦੇ ਆਂਡੇ ਖਾਂਦੀ ਫਿਰਦੀ ਆ ਮੈਨੂੰ ਵੀ ਨਹੀਂ ਪਤਾ ਸੀ ਵੀ ਠੀਕਰ ਆਪਣੀ ਆਂਡੇ ਦੇਣ ਲੱਗ ਗਈ ਤਾਂ ਮੈਨੂੰ ਕੀਰਤਨੇ ਦੱਸਿਆ ਅੱਜ ਕਹਿੰਦਾ ਇਹ ਉਹਦੇ ਆਂਡੇ ਖਾ ਜਾਂਦੀ ਆ ਤੇ ਅੱਜ ਕਹਿੰਦਾ ਮੈਂ ਇਹਦੇ ਆਂਡੇ ਖਾਣ ਤੋਂ ਪਹਿਲਾਂ ਆਂਡਾ ਚੱਕ ਲਿਆ ਆਜੋ ਮਿੱਤਰੋ ਹੁਣ ਆਪਾਂ ਮਾਸਟਰ ਕੇਜ ਦੇ ਅੰਦਰ ਚੱਲਦੇ ਆਂ ਤੇ ਮੈਂ ਤੁਹਾਨੂੰ ਕਿਹਾ ਸੀ ਬਈ ਜਦੋਂ ਆਪਣੇ ਡਾਇਮੰਡ ਆਵ ਦਾ ਪੇਅਰ ਲੱਗ ਗਿਆ ਮੈਂ ਤੁਹਾਨੂੰ ਦੱਸ ਦਊਂਗਾ ਤੇ ਅੱਜ ਬਈ ਆਪਣੇ ਡਾਇਮੰਡ ਆਵ ਦਾ ਪੇਅਰ ਲੱਗ ਗਿਆ ਆਜੋ ਫਿਰ ਤੁਹਾਨੂੰ ਦਿਖਾਈਏ ਕੀਰਤ ਪਾਣੀ ਚੱਕ ਕੇ ਲਿਆ ਉਹ ਪੇ ਨਿੱਗਾ ਨਿੱਗਾ ਪਾਣੀ ਨਾਲ ਇਹਨਾਂ ਦਾ ਪਾਣੀ ਪਾ ਦੇ ਨੇ ਆ ਪਿਆ ਇੱਧਰ ਪਿੱਛੇ ਆ ਸੀ ਪਿੰਜਰੇ ਦੇ ਉੱਤੇ ਆ ਪਿਆ ਚੱਕ ਲੇਂਗਾ ਟੋਲੀ ਏ ਚੱਕ ਲੂ ਬਈ ਮੁੰਡਾ ਤਗੜਾ ਆਜੋ ਫਿਰ ਚੱਲੀਏ ਬਈ ਅੰਦਰ ਤੇ ਤੁਹਾਨੂੰ ਦਿਖਾਈਏ ਡਾਇਮੰਡ ਆਵ ਦਾ ਪੇਅਰ ਲੋ ਬਈ ਪਹਿਲਾਂ ਤਾਂ ਦੇਖੋ ਬਈ ਆ ਯੈਲੋ ਬਲਬ ਕਿੰਨਾ ਸੋਹਣਾ ਲੱਗਦਾ ਇੱਥੇ ਤੇ ਗਰਮੈਸ਼ ਵੀ ਬਹੁਤ ਦਿੰਦਾ ਇਹਨਾਂ ਨੂੰ ਚਲੋ ਆ ਜਾਓ ਬਈ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆ ਬਰੀਡਿੰਗ ਆਪਣੇ ਮਾਸਟਰ ਕੇਜ ਦੀ ਕਿੰਨੀਆਂ ਤੋਤੀਆਂ ਨੇ ਅੰਡੇ ਧਰ ਲਏ ਤੇ ਇੱਧਰ ਦੇਖੋ ਬਈ ਸਾਰੇ ਤੋਤੇ ਬਈ ਝੁੰਡ ਬਣਾ ਕੇ ਬੈਠੇ ਨੇ ਸਾਰੇ ਇਕੱਠੇ ਹੋਏ ਬੈਠੇ ਨੇ ਦੇਖੋ ਇੱਧਰ ਦੇਖੋ ਵਿੱਚੇ ਚਿੜੀਆਂ ਵਿੱਚੀ ਤੋਤੇ ਸਾਰੇ ਇਕੱਠੇ ਹੋਏ ਬੈਠੇ ਨੇ ਬਈ ਤਾਂ ਮਿੱਤਰੋ ਆਪਾਂ ਆ ਕੁਜੀ ਤੋਂ ਲੱਗ ਗਿਆ ਨੇ ਇਹਦੇ ਵਿੱਚ ਅੰਡੇ ਧਰੇ ਹੋਏ ਸੀਗੇ ਮੈਂ ਦੇਖੇ ਨੇ ਮੈਂ ਤੂੜੀ ਵੀ ਪਾਈ ਸੀ ਏ ਹੈ ਆਂਡਾ ਕਿੱਧਰ ਗਿਆ ਯਾਰ ਇੱਥੋਂ ਤਾਂ ਮਿੱਤਰੋ ਯਾਰ ਇੱਥੇ ਆਂਡੇ ਧਰੇ ਹੋਏ ਸੀ ਇਹ ਰੇ ਨੇ 1 2 ਪਤਾ ਨਹੀਂ ਕਿੱਧਰ ਗਏ ਕਿੱਧਰ ਨਾ ਮੈਂ ਤੂੜੀ ਪਾਈ ਸੀ ਆਪ ਮੈਂ ਦੇਖੇ ਨੇ ਤਾਂ ਚਲੋ ਬਈ ਆ ਕੁਜੀ ਨੂੰ ਛੱਡ ਕੇ ਆਪਾਂ ਆ ਦੇਖ ਲੈਣੇ ਹੈਗੇ ਇੱਧਰ ਵੀ ਦੇਖਦੇ ਆਂ ਆਪਾਂ ਲੋ ਬਈ ਇੱਧਰ ਵੀ ਆਂਡਾ ਤਾਂ ਰੱਖਿਆਗਾ ਤੋਤੀ ਨੇ ਏ ਕਿੰਨੇ ਆਂਡੇ ਧਰੇ ਨੇ ਦੋ ਆਂਡੇ ਧਰਲੇ ਬਈ ਮਿੱਤਰੋ ਕੀ ਬਾਤ ਹੈ ਬਈ ਬਹੁਤ ਵਧੀਆ ਇੱਧਰ ਵੀ ਬਰੀਡਿੰਗ ਚੱਲ ਪਈ ਆ ਤੋਤੀ ਨੇ ਮਿੱਤਰੋ ਦੋ ਆਂਡੇ ਧਰਲੇ ਬਈ ਦੇਖੋ ਲੋ ਬਈ ਹੁਣ ਆਪਾਂ ਚੱਲਦੇ ਆ ਅੱਗੇ ਆਹ ਘਰ ਦੇ ਵਿੱਚ ਤਾਂ ਆਹ ਖਾਲੀ ਪਿਆ ਅੱਜਕੱਲ ਇੱਥੇ ਕਿਸੇ ਨੇ ਨਹੀਂ ਤਰੇ ਤਾਂ ਵੀਰੇ ਆਪਾਂ ਆਹ ਕੁਜੀ ਚਾਉਨੇ ਆ ਇਧਰ ਵੀ ਤੋਤੀ ਬੜੀ ਬੈਠੀ ਆ ਏ ਹਾਂ ਵੀ ਤੂੰ ਤਰੇ ਨੇ ਕਿ ਨਾ ਦਿਖਾ ਦਿਖਾ ਨਾ ਬਈ ਐਨੇ ਹਲੇ ਤਰੇ ਨਹੀਂ ਹੈਗੇ ਇਹ ਅੰਡੇ ਧਰਨ ਵਾਲੀ ਆ ਬਈ ਦੇਖੋ ਹਲੇ ਤਰੇ ਨਹੀਂ ਇਹਨੇ ਕੋਈ ਵੀ ਆਂਡਾ ਨਹੀਂ ਧਰਿਆ ਹਲੇ ਤੋਂ ਉਸ ਤੋਂ ਬਾਅਦ ਬਈ ਆਪਾਂ ਆਉਨੇ ਆ ਆਹ ਕੁਜੀ ਦੇ ਵਿੱਚ ਇਧਰ ਵੀਰੇ ਚਿੱਟੀ ਤੋਤੀ ਬੜੀ ਬੈਠੀ ਆ ਲੋ ਬਈ ਇਧਰ ਵੀ ਧਰ ਲਏ ਅੰਡੇ ਕੀ ਬਾਤ ਹੈ ਭਾਈ ਇਧਰ ਕਿੰਨੇ ਅੰਡੇ ਧਰੇ ਨੇ ਇਹ ਦੋ ਤਾਂ ਮੈਨੂੰ ਦੇਖ ਗਏ ਹਾਂ ਵੀ ਦਿਖਾ ਇਹ 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 ਚੱਲ ਬਾਹਰ ਕੀ ਬਾਤ ਹੈ ਭਾਈ ਚਾਰ ਅੰਡੇ ਧਰ ਲਏ ਵੀਰੇ ਇੱਕ ਪੰਜਵਾਂ ਅੰਡਾ ਖਰਾਬ ਪਿਆਗਾ ਤਾਂ ਵੀਰੇ ਚਾਰ ਅੰਡੇ ਨਵੇਂ ਧਰ ਲੇ ਆਹ ਕੁਜੀ ਦੇ ਵਿੱਚ ਦੇਖੋ ਵੀਰੇ ਚਾਰ ਅੰਡੇ ਇਧਰ ਆ ਗਏ ਬਾਕੀ ਇਹ ਚ ਦੇਖ ਲੈਣੇ ਆ ਇਧਰ ਵੀ ਤੋਤੀ ਬੜੀ ਬੈਠੀ ਆ ਭਾਈ ਪਰ ਹਲੇ ਆਂਡਾ ਨਹੀਂ ਧਰਿਆ ਸਾ ਮਿੱਤਰੋ ਵੀਰੇ ਆਪਣੀਆਂ ਫਿਲਹਾਲ ਦੋ ਤੋਤੀਆਂ ਨੇ ਅੰਡੇ ਧਰ ਲੇ ਤਿੰਨ ਤੋਤੀਆਂ ਅੰਡੇ ਧਰਨ ਵਾਲੀਆਂ ਨੇ ਇੱਕ ਦੋ ਦਿਨਾਂ ਚ ਤਾਂ ਮਿੱਤਰੋ ਆ ਤਾਂ ਗੱਲ ਬਹੁਤ ਵਧੀਆ ਹੋਈ ਬਈ ਬਰੀਡਿੰਗ ਦਵਾਰੇ ਚੱਲ ਪਈ ਇਹਨਾਂ ਦੀ ਬਾਕੀ ਬਈ ਹੁਣ ਦੇਖਦੇ ਆ ਆਪਣੇ ਰਾਜਾ ਤੇ ਰਾਣੀ ਇਹ ਕਦੋਂ ਅੰਡੇ ਧਰਦੇ ਨੇ ਨਹੀਂ ਫੇਰ ਆਪਾਂ ਇਹਨਾਂ ਵਾਸਤੇ ਇੱਕ ਕੱਡ ਪਿੰਜਰਾ ਲੈ ਕੇ ਆਵਾਂਗੇ ਉਹਦੇ ਵਿੱਚ ਇਹਨਾਂ ਦੋਨਾਂ ਦੀ ਬਰੀਡਿੰਗ ਕਰਾਵਾਂਗੇ ਆਜੋ ਫਿਰ ਬਈ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਡਾਇਮੰਡ ਡਵ ਦਾ ਪੇਅਰ ਲੋ ਬਈ ਇੱਧਰ ਬੈਠਾ ਮਿੱਤਰੋ ਡਾਇਮੰਡ ਡਵ ਦਾ ਪੇਅਰ ਆਪਣਾ ਦੇਖੋ ਵੀਰੇ ਆ ਉਰਲੀ ਆਪਣੀ ਫੀਮੇਲ ਆ ਪਹਿਲਾਂ ਵਾਲੀ ਤੇ ਉਹ ਮੇਲ ਆ ਬਈ ਜਿਹੜਾ ਆਪਾਂ ਨਵਾਂ ਲਿਆਂਦਾ ਤੇ ਇਹਨਾਂ ਦੋਨਾਂ ਦਾ ਬਈ ਪੇਅਰ ਲੱਗ ਗਿਆ ਤੇ ਆ ਗੱਲ ਬਹੁਤ ਵਧੀਆ ਹੋਈ ਬਈ ਦੇਖੋ ਬਹੁਤ ਪਿਆਰੇ ਜਿਹੇ ਆ ਬਾਕੀ ਇਹਨਾਂ ਵਾਸਤੇ ਵੀ ਆਪਾਂ ਇੱਕ ਕੱਡ ਪਿੰਜਰਾ ਲੈ ਕੇ ਆਵਾਂਗੇ ਜੇ ਇਹਨਾਂ ਦਾ ਪੇਅਰ ਨਾ ਲੱਗਿਆ ਤਾਂ ਉਹ ਪਿੰਜਰੇ ਦੇ ਵਿੱਚ ਪੇਅਰ ਲਾ ਦਾਂਗੇ ਇਹਨਾਂ ਦਾ ਚਲੋ ਆ ਜਿਓ ਮਿੱਤਰੋ ਹੁਣ ਪਾਉਣੇ ਆ ਬਈ ਆਪਾਂ ਦਾਣਾ ਪਾਣੀ ਕਬੂਤਰਾਂ ਨੂੰ ਨਾਲੇ ਵੀਰੇ ਅੱਜ ਆਪਾਂ ਬੱਚਾ ਹੈਂਡ ਟੇਮ ਕਰਾਂਗੇ ਇੱਕ ਬੱਚੇ ਦੀ ਟ੍ਰੇਨਿੰਗ ਚਲਾਵਾਂਗੇ ਹੱਥ ਤੇ ਦਾਣੇ ਖਵਾਉਣ ਦੀ ਬਾਕੀ ਵੀਰੇ ਸਾਰਿਆਂ ਨੂੰ ਬਹੁਤ ਭੁੱਖ ਲੱਗ ਰਹੀ ਹੈਗੀ ਫੀਡਰ ਦੇ ਆਲੇ ਦੁਆਲੇ ਫਿਰਦੇ ਆਪਾਂ ਦਾਣੇ ਪਾਉਣੇ ਆਂ ਦਾਣੇ ਇੱਧਰ ਲਿਆ ਰਖੇ ਨੇ ਨਾਲੇ ਨਿੱਗਾ ਪਾਣੀ ਲਿਆ ਰਖਿਆ ਬਾਕੀ ਇੱਧਰ ਬਈ ਆਪਣਾ ਭਾਈ ਆਇਆ ਹੋਇਆ ਕੀ ਗੱਲ ਜੱਕ ਫਿਰ ਬਹੁਤ ਠੀਕ ਇੱਧਰ ਬਈ ਸਾਡੀ ਕੁੜੀ ਆਈ ਹੋਈ ਹੈ ਇਟਲੀ ਤੋਂ ਹੈਲੋ ਬੇਟਾ ਕਭਰੇ ਆ ਕੁੜੀ ਇਟਲੀ ਤੋਂ ਆਈ ਹੈਗੀ ਸਪੈਸ਼ਲ ਬਰਡਸ ਦੇਖਣ ਹੈਨਾ ਬਤ ਤਾਂ ਤਾਂ ਚਲੋ ਬਈ ਆਪਾਂ ਫੀਡਰਾਂ ਦੇ ਵਿੱਚ ਦਾਣੇ ਪਾਉਣੇ ਆਗੇ ਤੇ ਨਾਲੇ ਰੱਖਦੇ ਇਹਨਾਂ ਨੂੰ ਪਾਣੀ ਲੈ ਕੀਰਤ ਆ ਫੀਡਰ ਸਿੱਧਾ ਕਰ ਇਹਨੂੰ ਵਿਚਾਲੇ ਰੱਖ ਦੇ ਉੱਥੇ ਅੱਜ ਵੀ ਆਪਾਂ ਇਹਨਾਂ ਨੂੰ ਅੰਦਰ ਦਾਣੇ ਖਵਾਵਾਂਗੇ ਕਿਉਂਕਿ ਵੀਰੇ ਜਾਲ ਪਾਟਿਆ ਪਿਆ ਆਪਣਾ ਤਾਂ ਦੋ ਤਿੰਨ ਕਬੂਤਰ ਵਿੱਚੋਂ ਨਿਕਲ ਗਏ ਗਲਤੀ ਨਾਲ ਯਾਰ ਹਨਾ ਤਾਂ ਕਰਕੇ ਵੀਰੇ ਆਪਾਂ ਹੋਰ ਰਿਸਕ ਨਹੀਂ ਲੈਣਾ ਇੱਕ ਆਪਣਾ ਬੱਚਾ ਸੀ ਕਾਲ ਸਰਾਇਆ ਉਹ ਵੀ ਨਿਕਲ ਗਿਆ ਉਹ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਪਤਾ ਨਹੀਂ ਕਿੱਧਰ ਗਿਆ ਤਾਂ ਦੋਨੇ ਫੀਡਰ ਆਪਾਂ ਇੱਥੇ ਸੈੱਟ ਕਰ ਲੇ ਤੇ ਇਹਦੇ ਵਿੱਚ ਪਾਉਣੇ ਆ ਦਾਣੇ ਹੁਣ ਆਉਣਗੇ ਸਾਰੇ ਭੱਜੇ ਦੇਖੀ ਚੱਲਿਓ ਆਜੋ ਵੀ ਸਾਰੇ ਆਓ 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 ਲੋ ਭਈ ਇਹਨੇ ਵੀ ਮਾਰੀ ਛਾਲ ਕੀਰਤਾ ਇਹਦੇ ਵਿੱਚ ਮੈਂ ਪਾ ਦਿੰਨਾ ਕੋਈ ਨਾ ਡੋਲੇਗਾ ਬਾ ਰੱਖਦੇ ਕੋਈ ਨਾ ਲੋ ਜੀ ਦੋਨੇ ਟਰਿਆਂ ਦੇ ਵਿੱਚ ਦਾਣੇ ਭਰ ਕੇ ਰੱਖਤੇ ਨਾਲੇ ਰੱਖਤਾ ਉਧਰ ਤਾਇਆ ਪਾਣੀ ਹੁਣ ਇਹਨਾਂ ਨੂੰ ਦਾਣਾ ਪਾਣੀ ਖਾ ਲੈਣ ਦੋ ਫਿਰ ਉਸ ਤੋਂ ਬਾਅਦ ਆਪਾਂ ਬੱਚੇ ਨੂੰ ਚੱਕਾਂਗੇ ਉੱਥੋਂ ਤਾਂ ਦੇਖੋ ਬਈ ਇੱਧਰ ਫੀਡ ਮਿਲ ਜਾਂਦੀ ਆਪਣੇ ਬਾਜ ਨੂੰ ਲੈ ਵੀ ਬਾਜ ਅੱਜ ਤੇਰਾ ਆਖਰੀ ਦਿਨ ਆ ਫੀਡ ਲੈ ਲੈ ਆਪਦੇ ਮਾਪਿਓ ਤੋਂ ਕੱਲ ਤੋਂ ਅਸੀਂ ਤੈਨੂੰ ਸ਼ੌਂਕ ਨਾਲ ਪਾਲਾਂਗੇ ਆਪਦੇ ਹੱਥ ਨਾਲ ਦਿਆ ਕਰਾਂਗੇ ਖਰਾਕ ਤਾਂ ਇੱਧਰ ਰਿਹਾ ਵੀਰੇ ਆਪਣਾ ਉਡਾਨ ਇਹ ਆਪਣਾ ਉਡਾਨ ਇਹ ਵੀ ਜਮਾਂ ਚੰਗਾ ਪਲਾਗਾ ਠੀਕ ਠਾਕ ਆ ਹਾਂ ਵੀ ਉਡਾਨ ਤੈਨੂੰ ਅਸੀਂ ਝੋਗਾ ਦਿਆ ਕਰਾਂਗੇ ਠੀਕ ਆ ਓਕੇ ਚਲੋ ਭਈ ਮੈਤਰੋ ਹੁਣ ਇਹਨਾਂ ਨੂੰ ਦਾਣਾ ਪਾਣੀ ਖਾ ਲੈਣ ਦੋ ਫਿਰ ਆਪਾਂ ਆਵਾਂਗੇ ਥੋੜੇ ਟਾਈਮ ਤੱਕ ਢੀੜਾ ਮਾਰਦੇ ਆ ਇੱਧਰ ਫਿਰ ਆਪਾਂ ਕਰਾਂਗੇ ਆਪਣੇ ਹੈਂਡ ਟੇਮ ਬੱਚੇ ਨੂੰ ਅੱਜ ਅਲੱਗ ਮਾਸਟਰ ਖੁੱਡੇ ਚੋਂ ਕੱਢ ਕੇ ਆਪਣੇ ਕਮਰੇ ਚ ਲੈ ਕੇ ਚੱਲਾਂਗੇ ਉੱਥੇ ਚਲਾਵਾਂਗੇ ਇਹਦੀ ਹੈਂਡ ਟ੍ਰੇਨਿੰਗ ਬਾਕੀ ਆਜੋ ਬਈ ਕਰਦੇ ਆਪਾਂ ਬਾਕੀ ਦੇ ਕੰਮਕਾਰ ਤੇ ਆ ਮਾਸਟਰ ਖੁੱਡਾ ਕਰਦੇ ਆ ਬੰਦ ਮਿੱਤਰੋ ਚਲੋ ਆਜੋ ਮਿੱਤਰੋ ਇੱਧਰ ਆਪਾਂ ਦਰਵਾਜ਼ੇ ਵਾਲੇ ਜਾਨਵਰਾਂ ਦੀ ਖਬਰ ਫਾਰ ਲੈ ਲਈਏ ਇਹਨੇ ਫਿਰ ਆਪਾਂ ਬੱਚੇ ਨੂੰ ਕਰਾਂਗੇ ਹਨਾ ਤਿਆਰ ਤੇ ਇੱਧਰ ਬਈ ਆਪਣੀ ਰਾ ਵੀ ਹਨਾ ਥੋੜੀ ਜੀ ਢਿੱਲੀ ਹੋ ਰਹੀ ਆ ਜ਼ਖਾਮ ਜਾਂ ਹੋ ਰਿਹਾ ਇਹਨੂੰ ਪਾਣੀ ਹੱਡ ਗਈ ਜਾਂਦਾ ਨੱਕ ਚੋਂ ਇੱਧਰ ਧੂਈ ਵੀ ਪਾਈ ਸੀ ਇਹਦੇ ਵਾਸਤੇ ਬਾਕੀ ਲਾਡੋ ਆਪਣੀ ਠੀਕ ਠਾਕ ਆ ਤੇ ਇਧਰ ਵੀਰੇ ਆਤਰੋ ਚਾਤਰੋ ਇਹ ਵੀ ਦੋਨੇ ਠੀਕ ਠਾਕ ਨੇ ਆਪਣੀਆਂ ਆ ਆਸੀ ਆਤਰੋ ਤੇ ਆ ਬੈਠੀ ਐ ਚਾਤਰੋ ਹਰਿਆਈ ਦੇ ਵਿੱਚ ਹਰਿਆਈ ਨਹੀਂ ਤੂੜੀ ਦੇ ਵਿੱਚ ਇਹਨਾਂ ਦੀ ਤਾਂ ਬਈ ਆਹੀ ਰਿਆਈ ਆ ਹਨਾ ਤੇ ਚਲੋ ਬਈ ਇਧਰ ਸਾਰਾ ਕੁਝ ਠੀਕ ਠਾਕ ਆ ਆਜੋ ਆਪਾਂ ਗਿੰਨੀ ਪਿਗਾ ਨੂੰ ਦੇਖ ਲਈਏ ਇਧਰ ਨੇ ਬਈ ਆਪਣੇ ਗਿੰਨੀ ਪਿਗ ਇਹ ਆਪਾਂ ਰਾਤ ਦਰਵਾਜ਼ੇ ਦੇ ਵਿੱਚ ਰੱਖੇ ਸੀ ਹੈ ਕੀ ਹੋ ਗੇ ਹੈ ਕਿਹੜੇ ਮਰ ਗਏ ਹੈ ਓਏ ਹੋਏ ਇਹ ਤਾਂ ਫੀਮੇਲ ਸੀਓਏ ਜਿਹੜੀ ਉਹਦੇ ਨਵੇਂ ਦੇ ਨਾਲ ਸੀ ਹਾਂ ਯਾਰ ਆ ਕਿਵੇਂ ਆ ਆ ਕਿਵੇਂ ਬੈਠਾਗਾ ਇਹ ਠੀਕ ਆ ਹਾਂ ਤਾਂ ਠੀਕ ਇਹ ਤਾਂ ਆਪਣਾ ਪੁਰਾਣਾ ਹਨਾ ਠੀਕ ਆ ਇਹ ਤਾਂ ਸਹੀ ਆ ਯਾਰ ਇਹ ਫਿਰਦਾ ਹਾਂ ਇਹ ਤਾਂ ਠੀਕ ਆ ਯਾਰ ਆ ਤਾਂ ਖੜ ਜਾ ਕੀਰਤ ਆ ਯਾਰ ਕੰਮ ਹੀ ਟੇਡਾ ਹੋ ਗਿਆ ਯਾਰ ਹਨਾ ਦੋ ਦਿਨਾਂ ਚ ਦੋ ਗਿੰਨੀ ਪਿਗ ਮਰ ਗਏ ਚਲ ਉਹ ਕਰਦੇ ਬੰਦ ਉਹਨੂੰ ਨਾ ਹਰਾ ਰੱਖਦੇ ਉੱਤੇ ਹਰਾ ਪਿਆਗਾ ਇਹਨੂੰ ਇਕੱਠਾ ਜਿਆ ਕਰਕੇ ਨਾ ਇਹਦੇ ਵਿੱਚ ਹੀ ਰੱਖ ਦੇ ਠੀਕ ਆ ਮੈਨੂੰ ਲੈ ਕੇ ਚਾਲਦਾ ਤਾਂ ਬਹੁਤ ਮਾੜਾ ਹੋਇਆ ਬਈ ਯਾਰ ਉਰੇ ਤਾਂ ਠੰਡ ਵੀ ਹੈ ਨਹੀਂ ਸੀਗੀ ਯਾਰ ਬਹੁਤ ਨਿੱਗਾਗਾ ਇੱਥੇ ਤੂੜੀ ਵਾਲਾ ਆਪਣਾ ਉਰੇ ਠੰਡ ਦੇ ਕੋਈ ਚਾਂਸ ਹੀ ਨਹੀਂ ਹੈਗੇ ਸੀਗੇ ਪਰ ਫਿਰ ਦੇਖੋ ਪਤਾ ਨਹੀਂ ਕੀ ਹੋ ਸਕਦਾ ਜੇ ਬਈ ਠੰਡ ਵਾਲੀ ਗੱਲ ਹੁੰਦੀ ਨਾ ਫਿਰ ਆਪਣਾ ਪਰਲਾ ਕਿੰਨੀ ਪਿੱਗ ਵੀ ਬਚਦਾ ਨਾ ਉਹਨੂੰ ਵੀ ਬਰਾਬਰੀ ਠੰਡ ਲੱਗੀ ਹੁੰਦੀ ਲੋ ਬਈ ਇਹਨੂੰ ਲੈ ਕੇ ਚੱਲਦੇ ਆ ਬਾਹਰ ਟੋਆ ਬਈ ਆਪਾਂ ਪੱਟ ਲਿਆ ਚਲੋ ਵਿਚਾਰੇ ਨੂੰ ਰੱਖੀਏ ਯਾਰ ਇਹਨੂੰ ਰੱਬ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਚਲ ਬਸ ਮੈਂ ਦੱਬ ਦੇਣਾ ਕੋਈ ਨਾ ਚਲ ਬਸ ਲੋ ਬਈ ਕੀਰਤ ਸ਼ਿਕਾਰ ਕਰਨ ਲੱਗਿਆ ਆਏ ਹਾਏ ਹੋ ਗਿਆ ਸ਼ਿਕਾਰ ਹੋ ਗਿਆ ਹਨਾ ਪੱਕਾ ਹੈ ਨਾ ਤਾਂ ਦੇਖੋ ਮਿੱਤਰੋ ਲਾਈਵ ਸ਼ਿਕਾਰ ਹੁੰਦਾ ਦਿਖਾਇਆ ਤੁਹਾਨੂੰ ਲੈ ਕੀਰਤ ਕੱਢਦੇ ਹੁਣ ਆਪਾਂ ਤਾਂ ਸ਼ਿਕਾਰ ਕਰਕੇ ਦੇਖਣਾ ਸੀ ਤਾਂ ਵੀਰੇ ਕੀਰਤ ਨੂੰ ਕਾਮਯਾਬੀ ਮਿਲ ਗਈ ਬਹੁਤ ਟਾਈਮ ਦਾ ਲੱਗ ਰਿਹਾ ਸੀ ਟੋਕਰ ਆਇਆ ਲੈ ਕੇ ਫੜਨ ਤਾਂ ਬਈ ਫਾੜ ਹੀ ਲਿਆ ਫੁਲਤਾਨ ਤੋਂ ਡਰ ਗਿਆ ਗੀਰ ਤ ਆ ਜਾਓ ਬਈ ਮਿੱਤਰੋ ਹੁਣ ਆ ਗਿਆ ਟਾਈਮ ਆਪਣੇ ਬਾਜ ਨੂੰ ਅਲੱਗ ਕਰਨ ਦਾ ਮਾਸਟਰ ਖੁੱਡੇ ਚੋਂ ਤਾਂ ਵੀਰੇ ਆਪਣੇ ਬਾਜ ਨੂੰ ਆਪਾਂ ਟ੍ਰੇਨਿੰਗ ਦੇਵਾਂਗੇ ਆਪਣੀ ਉਹ ਕੋਠੀ ਤੇ ਉੱਥੇ ਰੱਖਿਆ ਕਰਾਂਗੇ ਸਾਰੇ ਕਬੂਤਰਾਂ ਨਾਲੋਂ ਅਲੱਗ ਜਿੱਥੇ ਨੂੰ ਕੋਈ ਵੀ ਕਬੂਤਰ ਨਾ ਦਿਖੇ ਤਾਂ ਚਲੋ ਬਈ ਆ ਜਾਓ ਫਿਰ ਪਾਈ ਆ ਪਿੰਜਰੇ ਦੇ ਵਿੱਚ ਤੇ ਲੈ ਕੇ ਚਲੀਏ ਆਪਣੇ ਬਾਜ ਨੂੰ ਅੱਜ ਚਲਾਈਏ ਇਹਦੀ ਟ੍ਰੇਨਿੰਗ ਆ ਬੈਠਾ ਮਿੱਤਰੋ ਬੱਚਾ ਜਿਹੜਾ ਆਪਾਂ ਹੈਂਡ ਟੇਮ ਕਰਨਾਗਾ ਤਾਂ ਵੀਰੇ ਇਹਦਾ ਨਾਮ ਆ ਬਾਜ ਆਜੋ ਫਿਰ ਬਈ ਆਪਾਂ ਇਹਨੂੰ ਲੈ ਕੇ ਚੱਲੀਏ ਤੇ ਪਾਈ ਆਪਾਂ ਜਾਲ ਦੇ ਵਿੱਚ ਹੁਣ ਆ ਗਿਆ ਟਾਈਮ ਇਹਨੂੰ ਲੈ ਕੇ ਜਾਣ ਦਾ ਤਾਂ ਵੀਰੇ ਆ ਜਾਲ ਦੇ ਵਿੱਚ ਪਾ ਕੇ ਇਹਨੂੰ ਆਪਾਂ ਟ੍ਰੇਨਿੰਗ ਦਿਆ ਕਰਾਂਗੇ ਲੈ ਵੀ ਚੱਲ ਅੰਦਰ ਚੱਲ ਬਈ ਲੋ ਬਈ ਜਾਲ 'ਚ ਪਾ ਲਿਆ ਆਜੋ ਫਿਰ ਚੱਲੀਏ ਆ ਮਾਸਟਰ ਖੁੱਡਾ ਕਰਦੇ ਆਪਾਂ ਬੰਦ ਚਲੋ ਆਜੋ ਬਈ ਹੁਣ ਆਪਾਂ ਮਿਲਦੇ ਆ ਸਿੱਧਾ ਉੱਤੇ ਚੱਲ ਕੇ ਚੱਕੋ ਬਈ ਮਤਰਾ ਬੱਚੇ ਨੂੰ ਲਿਆਏ ਬਈ ਆਪਾਂ ਉੱਤੇ ਕੋਠੀ ਤੇ ਜਿਹੜਾ ਆਪਾਂ ਪਹਿਲਾਂ ਵਾਲਾ ਵਾਜ ਤਿਆਰ ਕਰਿਆ ਸੀ ਸਾਰੇ ਨਾਲੋਂ ਪਹਿਲਾਂ ਆਪਣੀ ਮੋਟਰ ਸੇ ਨਾਲ ਉੜਦਾ ਹੁੰਦਾ ਸੀ ਉਹ ਜਮਾ ਇਹਦੇ ਜਿਹੜਾ ਸੀ ਇਹ ਜਮਾ ਬਈ ਉਹਦੇ ਹਾਨ ਦਾਗਾ ਦੇਖੋ ਜਮਾ ਛੋਟਾ ਜਿਹਾ ਬੱਚਾ ਬਈ ਕੋਈ ਬਾਲਾ ਵੱਡਾ ਨਹੀਂ ਹੈਗਾ ਤਾਂ ਇਹ ਬਹੁਤ ਜਲਦੀ ਲੱਗ ਜੂ ਬਈ ਹੱਥ ਤੇ ਤਾਂ ਵੀਰੇ ਬਹੁਤ ਸਾਰੇ ਪ੍ਰਾਪ ਬੁਝਦੇ ਹੁੰਦੇ ਨੇ ਬਾਈ ਬੱਚਾ ਹੱਥ ਤੇ ਕਿਵੇਂ ਲੱਗਦਾ ਤੇ ਵੀਰੇ ਬਸ ਤੁਸੀਂ ਐਡਾ ਇੱਕ ਬੱਚਾ ਲੈਣਾਗਾ ਜਿੱਡਾ ਕਿ ਇਹ ਹੈਗਾ ਇਹਨੂੰ ਦੇਖ ਲਓ ਹੋਰ ਕੁਝ ਨਹੀਂ ਕਰਨਾ ਬਾਕੀ ਦੀ ਟ੍ਰੇਨਿੰਗ ਤੁਹਾਨੂੰ ਮੈਂ ਸਿਖਾਉਂਗਾ ਵੀਰੇ ਸਾਰੀ ਜਿਵੇਂ ਜਿਵੇਂ ਆਪਾਂ ਕਰਾਂਗੇ ਤੇ ਇਧਰ ਵੀਰੇ ਆ ਕੰਬਲ ਆ ਇਹ ਕੰਬਲ ਆਪਾਂ ਇਹਦੇ ਉੱਤੇ ਪਾਇਆ ਕਰਾਂਗੇ ਪਿੰਜਰੇ ਦੇ ਇਹਨੂੰ ਲੁਕੋ ਕੇ ਰੱਖਿਆ ਕਰਾਂਗੇ ਤੇ ਇਹਨੂੰ ਆਪਾਂ ਰੱਖਾਂਗੇ ਅੰਦਰ ਤਾ ਆਇਓ ਬਈ ਫਿਰ ਇਹਨੂੰ ਅੰਦਰ ਰੱਖੀਏ ਆਪਾਂ ਆਜੋ ਤਾਂ ਦੇਖੋ ਬਈ ਇਧਰ ਲਿਆਇਆ ਇਹਨੂੰ ਮੈਂ ਆਪਦੇ ਕਮਰੇ ਦੇ ਵਿੱਚ ਇੱਥੇ ਰੱਖਾਂਗੇ ਬਈ ਆਪਾਂ ਇਹਨੂੰ ਬਾਜ ਨੂੰ ਇੱਥੇ ਰੱਖਣ ਦੇ ਵਿਰੇ ਇਹਦੇ ਦੋ ਪੁਆਇੰਟ ਨੇ ਸਭ ਤੋਂ ਵੱਡਾ ਪੁਆਇੰਟ ਇਹ ਹੈ ਵਿਰੇ ਇਹਨੂੰ ਆਪਾਂ ਹਨਾ ਦਿਖਦੇ ਰਹਿਣੇ ਚਾਹੀਦੇ ਆ ਇਹਨੂੰ ਕਬੂਤਰ ਨਹੀਂ ਦਿਖਣੇ ਚਾਹੀਦੇ ਜਿਹੜਾ ਬੰਦਾ ਹੈਂਡ ਟੇਮ ਕਰਦਾ ਬੱਚੇ ਨੂੰ ਉਹ ਹਨਾ ਦਿਖਦਾ ਰਵੇ ਬੰਦਾ ਕਬੂਤਰ ਨੂੰ ਫਿਰ ਬਹੁਤ ਜਲਦੀ ਹੈਂਡ ਟੇਮ ਹੁੰਦਾ ਹਨਾ ਦੂਜਾ ਵਿਰੇ ਇੱਥੇ ਇਹ ਠੰਡ ਤੋਂ ਬਚਿਆ ਰਹੂਗਾ ਉਰੇ ਨਿੱਗ ਆ ਗਈ ਹਨਾ ਆ ਵੱਡਾ ਫਾਇਦਾ ਗਾ ਤਾਂ ਵਿਰੇ ਆ ਪੁਆਇੰਟ ਯਾਦ ਰੱਖਿਓ ਹਨਾ ਕਿ ਬੰਦਾ ਦਿਖਦਾ ਰਵੇ ਕਬੂਤਰ ਨਾ ਦਿਖਣ ਤੇ ਵਿਰੇ ਜਿਹੜਾ ਤੀਜਾ ਪੁਆਇੰਟ ਆ ਮੇਨ ਬਰੇਤੂ ਫੀ ਆਪ ਇੰਜਰੇ ਦੇ ਵਿੱਚ ਨਾ ਤਾਂ ਦਾਣੇ ਰੱਖਣੇ ਨੇ ਨਾ ਪਾਣੀ ਰੱਖਣਾ ਭਵੇਂ ਇਹ ਕਿੰਨਾ ਵੀ ਵੱਡਾ ਹੋ ਜੇ ਜਦੋਂ ਵੀ ਇਹਨੂੰ ਦਾਣਾ ਪਾਣੀ ਫੀਡ ਕਰਾਉਣੀ ਆ ਆਪਦੇ ਹੱਥ ਤੇ ਕਰਾਉਣੀ ਆ ਤੇ ਵੀਰੇ ਜਦੋਂ ਮੈਂ ਫੀਡ ਕਰਾਉਂਗਾ ਤੁਹਾਨੂੰ ਸ਼ਾਰਟਸ ਪਾਉਂਗਾ ਹਨਾ ਅਪਡੇਟ ਲੈਂਦੇ ਰਹੋ ਹਨਾ ਤਾਂ ਵੀਰੇ ਰੋਜ਼ ਪਾਇਆ ਕਰੂੰ ਸ਼ਾਰਟਸ ਨਾਲੀ ਵੀਡੀਓ ਚ ਵੀ ਦਿਖਾਇਆ ਕਰੂੰ ਵੱਡੀ ਵੀਡੀਓ ਚ ਤਾਂ ਆ ਚੀਜ਼ਾਂ ਤਾਂ ਹਨਾ ਆਪਣੀਆਂ ਚੱਲਦੀਆਂ ਰਹਿਣੀਆਂ ਨੇ ਨਾਲ ਦੀ ਨਾਲ ਤਾਂ ਵੀਰੇ ਤੁਸੀਂ ਹਨਾ ਅਪਡੇਟ ਰਿਆ ਕਰੋ ਬਾਕੀ ਵੀਰੇ ਅੱਜ ਇਹਦਾ ਪਹਿਲਾ ਦਿਨ ਆ ਹੁਣ ਇਹਨੇ ਫੀਡ ਲਈ ਹੋਈ ਆ ਸ਼ਾਮ ਨੂੰ ਇਹਨੂੰ ਫੀਡ ਕਰਾਵਾਂਗੇ ਬਸ ਤੁਸੀਂ ਆ ਦੋ ਤਿੰਨ ਗੱਲਾਂ ਦਾ ਖਿਆਲ ਰੱਖਣਾ ਯਾਰ ਇੱਕ ਤਾਂ ਇਹਨੂੰ ਕਬੂਤਰ ਨਹੀਂ ਦਿਖਣੇ ਚਾਹੀਦੇ ਬਾਕੀ ਦੇ ਤੇ ਦੂਜਾ ਆ ਪਿੰਜਰੇ ਦੇ ਅੰਦਰ ਦਾਣਾ ਪਾਣੀ ਨਹੀਂ ਰੱਖਣਾ ਤੀਜਾ ਬਈ ਇਹਨੂੰ ਠੰਡ ਤੋਂ ਬਚਾ ਕੇ ਰੱਖਣਾ ਤਾਂ ਬਾਈ ਤਾ ਕਰਕੇ ਇਹਨੂੰ ਇੱਧਰ ਲਿਆਂਦਾਗਾ ਹੁਣ ਬਈ ਜਿਹੜੀ ਆ ਕੰਬਲੀ ਆ ਹਨਾ ਇਹਦੇ ਉੱਤੇ ਬਈ ਆਪਾਂ ਐ ਕਰਕੇ ਨਾ ਇਹਨੂੰ ਉੱਤੇ ਪਾ ਦਿਆ ਕਰਾਂਗੇ ਇਹਦੇ ਪਿੰਜਰੇ ਦੇ ਦੇਖੋ ਬਈ ਐ ਲਕੋ ਦਿਆ ਕਰਾਂਗੇ ਤੇ ਇੰਨੀ ਕਿ ਜਗ੍ਹਾ ਛੱਡ ਦਿਆ ਕਰਾਂਗੇ ਵੀ ਮਾੜੀ-ਮੋਟੀ ਹਨਾ ਇਹਨੂੰ ਹਵਾ ਲੱਗਦੀ ਰਵੇ ਬਈ ਸਾਹ ਜਾਂ ਆਉਂਦਾ ਰਵੇ ਹੁਣ ਤੁਹਾਨੂੰ ਦਿਖਾਵਾਂਗੇ ਰਿਜ਼ਲਟ ਚਾਰ-ਪੰਜ ਦਿਨਾਂ 'ਚ ਦੇਖਿਓ ਇਹਦਾ ਕਿੰਨਾ ਫਰਕ ਪੈਂਦਾਗਾ ਬਾਕੀ ਅਪਡੇਟ ਲੈਣ ਲਈ ਵੀਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਪਣਾ ਜਾਨਵਰ ਮਹਿਕਮਾ ਟਕਾ ਕੇ ਬਾਕੀ ਮਿੱਤਰੋ ਕੱਲ ਨੂੰ ਵੱਡੀ ਵੀਡੀਓ 'ਚ ਤੁਹਾਨੂੰ ਬਾਜ ਨੂੰ ਦਾਣੇ ਖਵਾ ਕੇ ਦਿਖਾਵਾਂਗੇ ਤੇ ਨਾਲੇ ਸ਼ਾਰਟਸ 'ਚ ਤੁਹਾਨੂੰ ਅਪਡੇਟ ਦਿੰਦੇ ਰਿਹਾ ਕਰਾਂਗੇ ਜਦੋਂ ਦਾਣੇ ਖਵਾਇਆ ਕਰਾਂਗੇ ਤੇ ਨਾਲੇ ਵੀਰੇ ਕਰਾਂਗੇ ਕਬੂਤਰਾਂ ਵਾਲੇ ਖੁੱਡੇ ਦਾ ਕੰਮ ਲੱਕੜ-ਲੁੱਕੜ ਲਾਵਾਂਗੇ ਅੰਦਰ ਫਿਰ ਛੱਡਾਂਗੇ ਬੱਚੇ ਤੇ ਬਈ ਆਫੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਬਈ ਸਬਸਕ੍ਰਾਈਬ ਟਿਕਾ ਕੇ ਜਰੂਰ ਮਿਲਦੇ ਆ ਬਈ ਇੱਕ ਨਵੀਂ ਵੀਡੀਓ 'ਚ ਇੱਕ ਨਵੇਂ ਜਿਹੇ ਟੌਪਿਕ ਤੇ ਰੱਬ ਰਾਖਾ ਜੱਟੋ